ਸਾਡੇ ਫੇਸਬੁੱਕ ਪੇਜ ਦਾ ਨਾਂ ਹੈ ਪਾਂਧੀ, ਅਤੇ ਪਾਂਧੀ ਲਫ਼ਜ਼ ਬੰਧ ਕੇ ਨਿਕਲਦਾ ਹੋਏ, ਜਿਹਦਾ ਮਤਲਬ ਹੈ ਸਫ਼ਰ ਕਰਨ ਵਾਲਾ। ਇਵੇਂ ਕੁਝ ਦਿਹਾੜਾ ਪਹਿਲੇ ਮੈਂ ਡਿਸਮਾਇਲ ਖਾਨ ਕਨੇ ਡੇਰਾ ਗਾਜ਼ੀ ਖਾਨ ਤੋਂ ਬਰਾਸਤਾ ਚਸ਼ਮਾ ਸਫ਼ਰ ਕਰਦਾ ਪਿਆ। ਮੈਂ ਰਸਤੇ ਡਿੱਠਾ ਕਿ ਛੁਆਰਾ ਬਣਦਾ ਪਿਆ। ਇਹ ਮੇਰੇ ਵਾਸਤੇ ਪਹਿਲਾ ਤਜਰਬਾ ਜਦੋਂ ਮੈਂ ਛੁਆਰਾ ਬਣਦਾ ਡਿੱਠਾ। ਮੈਂ ਕਿ ਮੈਂ ਵੀ ਦੋਸਤਾਂ ਕੋਲ ਇਹ ਪ੍ਰੋਸੈਸ ਦਿਖਾਵਾਂ ਚਾ। ਇਹ ਗੋਸ਼ੇ ਵੱਡੇ ਜਿਹੜੇ ਖੱਜੀ ਤੋਂ ਇਹ ਕੱਪ ਕੇ ਆਉਂਦੇ ਨੇ, ਇਹ ਲੂਹੇ ਦਾ ਹੀ ਨੇ, ਛੋਟਾ ਜਿਹਾ ਕੋਈ ਲਾਏ ਹੋਈ ਹੈ ਕੋਈ ਚੀਜ਼ ਦਾਤਰੀ ਵਾਲੀ ਕਾਰ। ਇੱਥੇ ਗੋਸ਼ਾ ਜੋ ਮਰੇ ਦਿਨ ਅਲੇਦਾ ਅਲੇਦਾ ਗੰਦੋੜੇ ਬਣ ਵੇ ਇੱਥਾ। ਬਲ ਇਹਨੇ ਸਾਰੇ ਗੰਦੋੜੇ ਕੋ ਇਹ ਚਾਕ ਨੇ ਛੋਟੇ ਛੋਟੇ ਇਹਨੇ ਟੋਕਰੇ ਰੱਖੇ ਹੋਏ ਨੇ, ਇਹਨੇ ਟੋਕਰੇ ਇਹ ਭਰ ਲੈਂਦੇ ਨੇ। ਨਾਲ ਹੀ ਇਹਨੇ ਬਹੁ ਵੱਡਾ ਕੜਾਹ ਲਾਇਆ ਹੋਇਆ ਪਾਣੀ ਦਾ, ਜਿਹੜਾ ਕਿ ਬਹੁ ਭੜਕਦਾ ਕੜਾਹ। ਇਹ ਸਾਰੇ ਗੰਦੋੜੇ ਚਾਕ ਨੇ ਇਹੀ ਕੜਾਹ ਦੇ ਵਿੱਚ ਇਹ ਸਟੇ ਦੇਣ ਵੇਂਦੇ। ਕੜਾਹ ਦੇ ਤਲੇ ਬਹੁ ਜ਼ੋਰ ਦੀ ਭਾਅ ਬਲਦੀ ਪਈ ਆਈ, ਔਰ ਇੱਕ ਸਪੈਸ਼ਲ ਬੰਦਾ ਇਹ ਕੜਾਹ ਨਾਲ ਖੜਿਆ ਹੋਇਆ, ਜਿਹੜਾ ਕਿ ਉੱਤੇ ਬਾਰ ਬਾਰ ਪਾਣੀ ਵੀ ਸਟੈਂਦਾ ਹਾਂ ਖੜਾ, ਅਤੇ ਇਹ ਬਹੁ ਵਧੀ ਕਈ ਲੱਕੜ ਨਾਲ ਇੱਕ ਪ੍ਰੋਸੈਸ ਵੀ ਕਰਦਾ ਖੜਾ, ਤਾਂ ਕਿ ਹਰ ਗੰਦੋੜੇ ਕੋ ਬਰਾਬਰ ਬਰਾਬਰ ਤਾਪ ਮਿਲਦਾ ਰਹੇ, ਯਾਨੀ ਕਿ ਗਰਮੀ ਮਿਲਦੀ ਰਹੇ, ਤਾਂ ਕਿ ਇਹ ਚੰਗੇ ਤਰੀਕੇ ਨਾਲ ਪੱਕ ਵਜੇ। ਬਲ ਇਹ ਛੱਲੀ ਵਿੱਚ ਇਹ ਗੰਦੋੜੇ ਪਾਕ ਨੇ, ਇਹ ਨਾਲ ਜਿਹੜੇ ਪਹਿਲੇ ਖਾਲੀ ਟੋਕਰਾ ਬਚਦੇ ਹਨ ਇਹ ਉਹਦੇ ਵਿੱਚ ਚਾਕ ਨੇ ਸੱਟ ਦਿੰਦੇ ਹਨ ਇਹ ਗਰਮ ਗੰਦੋੜਾ। ਇਹ ਕਾਫੀ ਸਾਰੇ ਮਜ਼ਦੂਰ ਇੱਥੇ ਕੰਮ ਕਰਦੇ ਪਏ ਹਨ। ਬਲ ਇਹ ਗਰਮ ਗੰਦੋੜੇ ਕੋ ਇਹ ਟੋਕਰੇ ਤੇ ਚਾਕ ਨੇ, ਨਾਲ ਇਹਨੇ ਬਿਲਕੁਲ ਸਾਫ ਸੁਥਰਾ ਫਰਸ਼ ਬਣਾਇਆ ਹੋਇਆ, ਔਰ ਉੱਥੇ ਮੰਜ ਨੇ ਇਹ ਗੰਦੋੜੇ ਕੋ ਬੜੀ ਤਰਤੀਬ ਨਾਲ ਇਹ ਖਿੰਡਾ ਰਹੇ ਹਨ ਖੁਸ਼ ਕਰਨ ਵਾਸਤੇ। ਔਰ ਇੱਕ ਜਾਂ ਰੂੜੀ ਵਾਰੇ ਬਾਅਦ ਇਹਨੇ ਕਿ ਜੂ ਹੀ ਇਹ ਗੰਦੋੜੇ ਖੁਸ਼ ਥੀਂਦੇ ਨੇ, ਵਾਲੇ ਬੜੇ ਜ਼ਬਰਦਸਤ ਛੁਆਰੇ ਬਣ ਵੇਂਦੇ ਨੇ, ਮਜ਼ੇਦਾਰ ਛੁਆਰੇ। ਅਤੇ ਮੈਂ ਦੋਸਤ ਕੇ ਗੁਜ਼ਾਰਿਸ਼ ਕਰ ਸਾਂ, ਜਿਹਨੇ ਕਿ ਸਾਡੇ ਪੇਜ ਕੋ ਹਾਲੇ ਤੱਕ ਫਾਲੋ ਨਹੀਂ ਕੀਤਾ, ਉਹ ਸਾਡੇ ਪੇਜ ਕੋ ਫਾਲੋ ਹੀ ਮਿਹਰਬਾਨੀ ਕਰਕੇ ਕਰਕੇ ਸਾਂ।